ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਦੀ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵਿਚਾਲੇ ਪਾਟੋ ਤਾਰ ਹੱਦਾਂ ਬੰਨੇ ਟੱਪ ਗਈਆਂ। ਹਲਕਾ ਫਤਿਹਗੜ੍ਹ ਚੂੜੀਆਂ ਦੇ ਇੱਕ ਸੀਨੀਅਰ ਅਤੇ ਪੁਰਾਣੇ ਟਕਸਾਲੀ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰਾਂ ਦੀ ਹਲਕੇ ਦੇ ਇੱਕ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਕਥਿਤ ਤੌਰ 'ਤੇ ਕੁੱਟਮਾਰ ਕੀਤੀ ਗਈ ਅਤੇ ਦਸਤਾਰ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਸੋਸ਼ਲ ਮੀਡੀਆ 'ਤੇ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਹਲਕਾ ਫਤਿਹਗੜ੍ਹ ਚੂੜੀਆਂ ਦੇ ਅੰਦਰ ਵੱਖ ਵੱਖ ਧੜੇ ਦੇ ਤੌਰ 'ਤੇ ਵਿਚਰ ਰਹੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤ੍ਰਿਲੋਕ ਸਿੰਘ ਭਾਗੋਵਾਲ ਦੀ ਕੁੱਟਮਾਰ ਅਤੇ ਸਿਰ ਤੋਂ ਲੱਥੀ ਹੋਈ ਪੱਗ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਆਪਣੇ ਨਾਲ ਹੋਈ ਕੁੱਟਮਾਰ ਅਤੇ ਦਸਤਾਰ ਦੀ ਬੇਅਦਬੀ ਨੂੰ ਲੈ ਕੇ ਤ੍ਰਿਲੋਕ ਸਿੰਘ ਭਾਗੋਵਾਲ ਆਪਣੇ ਸਾਥੀਆਂ ਅਤੇ ਵਰਕਰਾਂ ਸਮੇਤ ਇਨਸਾਫ ਦੀ ਮੰਗ ਨੂੰ ਲੈ ਕੇ SSP ਬਟਾਲਾ ਨੂੰ ਮਿਲੇ ਅਤੇ SSP ਬਟਾਲਾ ਨੂੰ ਮਿਲਣ ਤੋਂ ਬਾਅਦ ਪੱਤਰਕਾਰਾਂ ਨਾਲ ਆਪਣੀ ਹੜਬੀਤੀ ਸੁਣਾਉਂਦਿਆਂ ਤ੍ਰਿਲੋਕ ਸਿੰਘ ਭਾਗੋਵਾਲ ਨੇ ਕਿਹਾ ਕਿ ਉਹ ਮੁੱਖ ਮੰਤਰੀ ਪੰਜਾਬ ਐਡਵਾਂਸ ਟੀਮ ਦੇ ਕੋਆਰਡੀਨੇਟਰ ਹਨ। ਉਹਨਾਂ ਨੇ ਕਿਹਾ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਦੇ ਲਈ ਪਿੰਡ ਬਲਪੁਰੀਆਂ ਵਿਖੇ ਆਪਣੇ ਇੱਕ ਸਾਥੀ ਦੇ ਘਰ ਗਏ ਹੋਏ ਸਨ ਅਤੇ ਉਹਨਾਂ ਕਥਿਤ ਦੋਸ਼ ਲਗਾਇਆ ਕਿ ਹਲਕੇ ਦੇ ਇੰਚਾਰਜ ਅਤੇ ਹਮਾਇਤੀਆਂ ਨੇ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇੱਕ ਘਰ ਦੇ ਅੰਦਰ ਡੱਕ ਕੇ ਉਸ ਦੀ ਅਤੇ ਉਸਦੇ ਇੱਕ ਹੋਰ ਸਾਥੀ ਦੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ। ਮਸਲਾ ਗੱਲ ਕੁਛ ਨਹੀਂ ਹੋਇਆ ਜੀ, ਆਪਾਂ CM ਦੀ ਸਿਕਿਉਰਿਟੀ ਦੇ ਮਤਲਬ ਉਹਨਾਂ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਤੇ 2017 'ਚ ਵੀ ਕੀਤਾ ਅਤੇ 2022 'ਚ ਵੀ ਕੀਤਾ ਅਤੇ ਇਹਨਾਂ ਨੇ ਕੱਲ੍ਹ ਸਾਨੂੰ ਬਹਾਨੇ ਨਾਲ ਬੁਲਾ ਕੇ ਵੀ ਉਹ ਤੁਹਾਨੂੰ ਚਾਹ ਪਿਆਉਂਦੇ ਹਾਂ, ਠੀਕ ਹੈ ਜੀ। ਇੱਕ ਬੰਦਾ ਪਹਿਲਾਂ 10 ਮਿੰਟ ਪਹਿਲਾਂ ਫੋਨ ਕਰਦਾ ਰਿਹਾ, ਇਹਨਾਂ ਬੰਦੇ ਇਕੱਠੇ ਕੀਤੇ ਸਾਨੂੰ, ਬੰਦੇ ਇਕੱਠੇ ਕਰਕੇ ਪਹਿਲਾਂ ਪਾਣੀ ਪਾਇਆ, ਅੰਦਰ ਮਾਰ ਕੇ ਗੇਟ ਮਾਰ ਲਿਆ। ਸਾਨੂੰ ਆਉਂਦੇ ਵੀ ਦੱਸੋ ਕਿੱਧਰ ਆਏ ਜੇ ਤੁਸੀਂ, ਆਪਾਂ ਕਿਹਾ ਵੀ ਆਪਾਂ ਇਸ ਪਾਰਟੀ ਦਾ ਕੰਮ ਕਰਦੇ, ਆਮ ਪਾਰਟੀ ਦਾ, ਠੀਕ ਹੈ, ਅਤੇ ਤੁਸੀਂ ਦੱਸੋ ਤੁਹਾਨੂੰ ਕੋਈ ਸਮੱਸਿਆ, ਕਹਿੰਦਾ ਸਮੱਸਿਆ ਤੁਹਾਨੂੰ ਦੱਸਣੇ ਬਹਿ ਜਾਓ। ਬਸ ਬਹਿੰਦਿਆਂ ਸਾਰ ਹੀ ਸਾਨੂੰ ਨਾਲ ਚਾਹ ਪਿਆ ਕੇ ਸਰਦਾਰ ਹੋਣਾਂ ਦੀ ਪਹਿਲਾਂ ਪੱਗ ਲਾਈ ਆ, ਮੈਨੂੰ ਕਹਿੰਦੇ ਵੀ ਪੰਨੂ ਸਾਹਿਬ ਕੰਮ ਕਰਦੇ ਆ, ਮੈਂ ਕੰਮ ਬੜਾ ਵਧੀਆ ਕਰਦੇ ਆ, ਕਹਿੰਦੇ ਤੂੰ ਤਾਂ ਇਹਨਾਂ ਪੰਨੂ ਸਾਹਿਬ ਕੰਮ ਨਹੀਂ ਕਰਦੇ, ਇਹਨਾਂ ਵੇਖੋ ਵੀਡੀਓ ਬਣਾ ਕੇ ਸਾਡੀ ਮਤਲਬ ਚੰਗੀ ਦੁਰਲੰਧ ਕੀਤੀ ਜੇ, ਦੁਰਲੰਧ ਕਰਕੇ ਅਤੇ ਵੀਡੀਓ ਪਾਤੀ ਇਹਨਾਂ ਨੇ ਕਿ ਵੇਖੋ ਜੀ ਪੰਨੂ ਸਾਹਿਬ ਜੋ ਪਹਿਲਾਂ ਮੂਵੀ ਬਣਾਈ ਇਹਨਾਂ ਸਾਡੀ ਸਾਰਿਆਂ ਜਾਣਿਆਂ ਦੀ ਮੂਵੀ ਬਣਾ ਕੇ ਅਤੇ ਵੀਡੀਓ ਵਿਖਾਈ ਪੰਨੂ ਸਾਹਿਬ ਨੂੰ, ਉਹਨਾਂ ਆਖਿਆ ਵੀ ਆਹ ਬੰਦੇ ਜਿਹੜੇ ਹੈ ਕਿ ਨਹੀਂ ਇਹਨਾਂ ਨੂੰ ਤੁਸੀਂ ਪੂਰਾ ਪਿੱਟੋ ਅਤੇ ਫਿਰ ਇਹਨਾਂ ਦੀ ਖਲਾਸੀ ਕਰੋ, ਪੰਨੂ ਸਾਹਿਬ ਨੇ ਕਿਹਾ ਜੀ, ਠੀਕ ਹੈ ਜੀ। ਉਸ ਤੋਂ ਬਾਅਦ ਸਾਨੂੰ 2 ਵਜੇ ਦਾ ਅੰਦਰ ਵਾਲਿਆ, 4 ਵਜੇ ਕੱਢਿਆ, 4 ਵਜੇ ਤੋਂ ਬਾਅਦ ਸਾਨੂੰ ਰਾਤ 11:30 ਪੁਲਿਸ ਨੇ ਛੱਡਿਆ ਜੇ, ਉਹ ਵੀ ਸਾਡੇ ਭੈਣ ਭਰਾ ਚੰਗਿਆਂ ਨੂੰ ਜ਼ੋਰ ਪਾ ਕੇ ਫਿਰ ਸਾਨੂੰ ਛੁਡਵਾ ਕੇ ਖੜਿਆ ਜੇ, ਅਤੇ ਅਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਜੀ ਹੋਈ, ਠੀਕ ਜੀ। ਖੁਦ ਪੁਲਿਸ ਵੇਖੋ ਉੱਥੇ ਮੌਕੇ 'ਤੇ, ਸਾਡੇ ਕੋਲ ਵੀਡੀਓ ਆ, ਖੁਦ ਮੌਕੇ 'ਤੇ ਲਾਗੇ ਪੁਲਿਸ ਲੋਤੀ ਆ, ਸਾਡੀ ਕਟਾਈ ਹੁੰਦੀ ਆ, ਇਹਨਾਂ ਜਾ ਕੇ ਅੰਦਰ ਆਖਿਆ ਨਹੀਂ ਗਾ ਵੀ ਇਹ ਕੰਮ ਕਿਉਂ ਕਰਨ ਦੇ ਜੇ, ਠੀਕ ਆ, ਦਬਾਅ ਪਾ ਕੇ ਸਾਨੂੰ ਉੱਥੇ ਰੱਖਿਆ ਗਿਆ ਆ। ਆਮ ਜਨਤਾ ਖਤਮ ਹੋ ਗਈ ਜੀ, ਆਮ ਜਨਤਾ ਕਾਹਦੀ ਹੈ ਜੀ, ਕੋਈ ਸੁਣਵਾਈ ਨਹੀਂ, ਗਰੀਬ ਜੀ ਕਾਹਦੀ ਸੁਣਵਾਈ ਆ, ਕੋਈ ਸੁਣਵਾਈ ਨਹੀਂ ਜੀ। ਆਪਾਂ ਤਾਂ ਕਹਿਣਾ ਚਾਹਾਂਗੇ ਵੀ ਜੇ ਪਾਰਟੀ ਮੌਜੂਦਾ ਰੱਖਣੀ ਆ ਤਾਂ ਸਾਡੇ ਨਾਲ ਸਾਥ ਦੇਣ, ਜੋ ਕੰਮ ਕੀਤਾ ਕੱਲ੍ਹ ਵੇਖ ਲਓ ਤੁਸੀਂ ਗਲਤ ਕੀਤਾ ਇਹਨਾਂ ਨੇ, ਠੀਕ ਜੀ। ਓਕੇ, ਮੈਂ ਆਮ ਬੰਦਾ ਹਾਂ, ਆਮ ਵਰਕਰ ਹਾਂ, ਮੈਂ ਰੇਹੜੀ ਲਾਉਂਦਾ ਜੀ, ਅਕਾਲੀਏ ਔਰ ਕਾਂਗਰਸ ਸਰਪੰਚ ਮੇਰੇ ਸੈਂਟਰ 'ਚ ਇੱਧਰ ਉੱਧਰ, ਠੀਕ ਹੈ ਜੀ। ਇਹਨਾਂ ਨਾਲ ਕੰਮ ਕੀਤਾ ਫੁੱਲ, ਬੜਾ ਫੁੱਲ ਆਮ ਪਾਰਟੀ ਨਾਲ। ਇਹ ਆਪ ਗੱਦਿਆਂ 'ਤੇ ਸੁੱਤੇ ਹੁੰਦੇ ਜੀ, ਆਪਾਂ ਮੁਹੱਲਿਆਂ 'ਚ ਸੌਂ ਸੋਏ ਕ੍ਰਿਚਰ ਬਰਾਦਰੀ ਦੇ ਵਿੱਚ ਸੌਂ ਕੇ, ਤਿੰਨ ਵੋਟਾਂ ਪਵਾਈਆਂ ਜੇ, 4 ਬੂਥਾਂ ਤੋਂ ਜਿਤਾਇਆ ਜੇ ਇਹਨੂੰ, ਪੰਨੂ ਸਾਹਿਬ ਨੂੰ ਜੀ, 4 ਬੂਥਾਂ 'ਤੇ ਜਿਤਾ ਕੇ ਇਹਦੇ
ਚੋਲੀਏ 'ਚ ਫੁੱਲ ਪਾਏ ਜੇ। ਇਹਨੇ ਸਾਡੇ ਘਣੀਆਂ ਤੋਂ ਬਾਅਦ ਹਾਰਦਾ ਹੀ ਗਿਆ, ਜੇ ਚੰਗੇ ਕੰਮ ਇਹਦੇ ਹੋਣ ਸਾਨੂੰ ਇਹੋ ਜਿਹਾ ਲੀਡਰ ਨਹੀਂ ਚਾਹੀਦਾ। ਤੁਸੀਂ ਗਏ ਸੀ ਆਪਣਾ ਇੱਕ ਕਾਰਜਕਰਤਾ ਹੈ ਮਨਜਿੰਦਰ ਸਿੰਘ ਫੌਜੀ, ਉਹਨਾਂ ਦੇ ਘਰ ਅਸੀਂ ਗਏ ਸੀ ਡੋਰ ਟੂ ਡੋਰ, ਮਤਲਬ ਕਿ ਤੁਹਾਡੀ ਤਿੰਨ ਸਮੱਸਿਆ ਕੋਈ ਵੀ ਹੈ ਪਿੰਡ ਦੀ ਉਹ ਦੱਸੋ, ਕਿ ਮਾਨ ਸਾਹਿਬ ਅਗਲੇ ਮਹੀਨੇ ਉਹਨਾਂ ਦਾ ਪ੍ਰੋਗਰਾਮ ਹੈ ਗੁਰਦਾਸਪੁਰ ਡਿਸਟ੍ਰਿਕਟ, ਉਹਦੇ ਬਾਰੇ ਅਸੀਂ ਗੱਲ ਕਰ ਰਹੇ ਸੀ ਅਤੇ ਉਹਨਾਂ ਨੇ ਆਪਣੇ ਕਿਸੇ ਹੋਰ ਬੰਦਿਆਂ ਨੂੰ ਬੁਲਾ ਕੇ 20-25 ਬੰਦਿਆਂ ਨੂੰ ਬੁਲਾ ਕੇ ਅਤੇ ਸਾਡੇ ਸਾਥੀਆਂ ਦੇ ਉੱਤੇ ਹਮਲਾ ਕਰਤਾ। ਕੀ ਚੱਕਰ, ਇੱਕੋ ਪਾਰਟੀ ਦੇ ਵਰਕਰ ਹੋ ਕੇ ਇੱਦਾਂ ਦਾ ਕੰਮ ਕਰਨਾ? ਸਰ ਇਹ ਤਾਂ ਉਹਨਾਂ ਨੂੰ ਪਤਾ ਹੋਊਗਾ ਵੀ ਉਹਨਾਂ ਨੇ ਕੀ ਕੀਤਾ, ਅਸੀਂ ਤਾਂ ਪਾਰਟੀ ਦਾ ਕੰਮ ਕਰ ਰਹੇ ਸੀ। ਸੋਸ਼ਲ ਮੀਡੀਆ 'ਚ ਵਾਇਰਲ 'ਚ ਤੁਹਾਡੀ ਦਸਤਾਰ ਦੀ ਵੀ ਬੇਅਦਬੀ ਹੋਈ ਹੈ, ਹਾਂਜੀ ਠੀਕ ਹੈ ਜੀ? ਇਹ ਉਹਨਾਂ ਨੇ ਕੀਤਾ, ਤੁਹਾਡੀ ਬੇਅਦਬੀ ਦਸਤਾਰ ਦੀ ਹੋਈ ਹੈ ਜੀ? ਹਾਂਜੀ। ਅਤੇ ਇਹਦੇ ਪਿੱਛੇ ਕਿਹਦਾ ਹੱਥ ਹੈ? ਇਹਦੇ ਉਹ ਜੋ ਉਹਨਾਂ ਨੇ ਕੁੱਟਦੇ ਹੋਏ ਬੋਲਿਆ ਕਿ ਬਲਵੀਰ ਪੰਨੂ, ਇਹ ਉਹਨਾਂ ਦਾ ਨਾਂ ਉਹਨਾਂ ਨੇ ਲਿਆ। ਸਰ ਤੁਸੀਂ ਪਾਰਟੀ ਨੂੰ ਪਾਰਟੀ ਦਾ ਕੰਮ ਕਰ ਰਹੇ ਆ, ਕੋਈ ਗੱਲ ਨਹੀਂ, ਇਹ ਖਟਲਾ ਛੋਟੀ ਮੋਟੀ ਹੁੰਦੀਆਂ ਰਹਿੰਦੀਆਂ। SSP ਸਾਹਿਬ ਨੇ ਕੀ ਤੁਸੀਂ ਮਿਲਿਓ ਕੀ ਉਹਨਾਂ ਨੇ SSP ਸਾਹਿਬ ਨੇ ਕਿਹਾ ਕਿ SSP ਸਾਹਿਬ ਨੂੰ ਇਹ ਕੰਪਲੇਂਟ ਕਰੋ। ਕੋਈ ਗੱਲ ਨਹੀਂ ਆ, ਆਹ ਬਜ਼ੁਰਗ ਮੇਰੇ ਲਾਲਚੀ ਆਹ ਸੀਗੇ, ਆਹ ਭਾਈ ਸਾਹਿਬ ਸੀ ਆਹ ਸੀਗੇ ਆਹ ਸੀਗੇ। ਤੇ ਸਰ ਜਿਹੜਾ ਇੱਕ ਮਿੰਟ ਤੁਹਾਡੇ ਨਾਲ ਜਿਹੜਾ ਜਿੱਦਾਂ ਉਹਨਾਂ ਨੇ ਨਹੀਂ ਸ਼ਿਕਾਇਤ ਕੀਤੀ ਹੈ, ਮੈਂ ਕਿਹਨੂੰ ਕੀਤੀ ਹੈ? ਇਹ ਹਾਈਕਮਾਂਡ ਮੈਂ ਦਿੱਲੀ ਵੀ ਕੀਤੀ ਹੈ, ਪੰਜਾਬ ਚੰਡੀਗੜ੍ਹ ਵੀ ਕੀਤੀ ਹੈ। ਤੁਹਾਨੂੰ ਪਾਰਟੀ ਦੇ ਨਾਲ ਜੁੜਿਆ ਕਿੰਨਾ ਸਮਾਂ ਹੋ ਗਿਆ? 12 ਸਾਲ ਹੋ ਗਏ। ਛੋਟੀ ਸੋਚ ਹੈ ਉਹਦਾ ਕਾਰਨ ਹੈ। ਬਲਵੀਰ ਸਿੰਘ ਪੰਨੂ ਦੀ ਪਹਿਲੇ ਜਿਪਸੀ ਦੀ ਕੰਪਲੇਂਟ ਕੀਤੀ ਹੋਈ ਹੈ, ਇਹ ਉਹਦੀ ਰੰਜਿਸ਼ ਕਰਕੇ ਮੇਰੇ ਕੋਲ ਇਹ ਕੰਮ ਹੋਇਆ। ਸਰ ਤੁਹਾਡੇ ਕੋਲ ਐਡਾ ਮੈਨੂੰ ਨਹੀਂ ਲੱਗਦਾ ਕਿ ਆਮ ਪਬਲਿਕ ਨੂੰ ਕੋਈ ਨਿਆਂ ਮਿਲੇਗਾ। ਤੁਸੀਂ SSP ਸਾਹਿਬ ਨੂੰ ਜਿਹੜੇ ਆਪਣਾ ਦਰਖਾਸਤ ਦੇਣਗੇ, ਤੁਹਾਡੇ ਕੋਲ ਕੀ ਹੈ SSP ਸਾਹਿਬ ਨੇ ਕੀਤਾ? SSP ਸਾਹਿਬ ਨੇ ਕਿਹਾ ਵੀ SHO ਨੂੰ ਰਿਕਮੈਂਡ ਕਰਤਾ, SHO ਸਾਹਿਬ ਨਾਲ ਮਿਲੋ, ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ। ਪਰ ਤੁਹਾਡੀ ਨਹੀਂ ਸੁਣੀ ਜਾਂਦੀ ਤਾਂ ਅਗਲਾ ਐਕਸ਼ਨ ਕੀ ਹੋਏਗਾ? ਅਗਲਾ ਐਕਸ਼ਨ ਅਸੀਂ ਆਪਣੇ ਸਾਰੇ ਸਾਥੀਆਂ ਨਾਲ ਮਿਲ ਕੇ ਬਹਿ ਕੇ ਡਿਸਾਈਡ ਕਰਾਂ। ਪਾਰਟੀ ਨੂੰ ਛੱਡਣ ਦਾ ਰਸਮ ਜਨ ਨਿਊਜ਼ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ।